ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਦੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਜੋ ਵੀ ਸਿੱਧੂ ਦਾ ਪ੍ਰਸ਼ੰਸਕ ਉਹਨਾਂ ਨੂੰ ਮਿਲਣ ਲਈ ਆਉਂਦਾ ਹੈ, ਉਹ ਇੱਕ ਰਜਿਸਟਰ ਦੇ ਉੱਤੇ ਆਪਣਾ ਨਾਮ ਤੇ ਪਤਾ ਅਤੇ ਆਪਣੇ ਦਸਤਖਤ ਕਰਕੇ ਸਿੱਧੂ ਤੋਂ ਇਨਸਾਫ ਦੇ ਲਈ ਮੰਗ ਕਰਨ। ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਨਸਾਫ ਦੀ ਮੰਗ ਕਰਦੇ ਆ ਰਹੇ ਹਾਂ। ਸਿੱਧੂ ਮੂਸੇਵਾਲਾ ਦਾ ਇਕੱਲਾ ਪਰਿਵਾਰ ਹੀ ਇਨਸਾਫ ਨਹੀਂ ਮੰਗ ਰਿਹਾ। ਪਤਾ ਚੱਲੇ ਕਿ ਸਿੱਧੂ ਮੂਸੇਵਾਲਾ ਦੇ ਲਈ ਕਿੰਨੀ ਵੱਡੀ ਤਾਦਾਦ ਵਿੱਚ ਲੋਕ ਇਨਸਾਫ ਦੀ ਮੰਗ ਕਰ ਰਹੇ ਨੇ, ਜੋ ਸਿੱਧੂ ਮੂਸੇਵਾਲਾ ਦੇ ਆਪਣੇ ਨੇ ਅਤੇ ਜਿਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਦਾ ਦੁੱਖ ਹੈ। ਮਾਨਸਾ ਤੋਂ ਬਿਊਰੋ ਰਿਪੋਰਟ, ਵਧੇਰੇ ਖਬਰਾਂ ਦੀ ਜਾਣਕਾਰੀ ਲਈ ਦੇਖਦੇ ਰਹੋ ਅਜੀਤ ਵੈਬ ਟੀਵੀ। ਹੁਣ ਮੈਂ ਆਏ ਸੰਡੇ ਨੂੰ ਪਹਿਲਾਂ ਪਬਲਿਕ ਨੂੰ ਸੰਬੋਧਨ ਕਰਦੇ ਸੀ, ਹੈ ਨਾ। ਮੈਂ ਇਹ ਗੱਲ ਨੂੰ ਮਹਿਸੂਸ ਕੀਤਾ ਵੀ ਆਪਾਂ ਨੂੰ ਹਰੇਕ ਸੰਡੇ ਕੋਈ ਨਵਾਂ ਬਿਆਨ ਨਹੀਂ ਜਾਰੀ ਕਰਨਾ ਚਾਹੀਦਾ। ਜਿਹੜੀ ਗੱਲ ਆਪਾਂ ਪਹਿਲਾਂ ਮੂੰਹ ਚੋਂ ਕੱਢੀ ਹੈ ਉਹ ਆਪਾਂ ਪੂਰੀ ਕਰੀਏ, ਔਰ ਜਿਹੜਾ ਪ੍ਰੋਪਰ ਜਿੰਨਾ ਆਪਾਂ ਸਮਾਂ ਦਿੱਤਾ ਪ੍ਰਸ਼ਾਸਨ ਨੂੰ, ਉਹਨਾਂ ਟਾਈਮ ਦੀ ਵੀ ਆਪਾਂ ਇੱਕ ਮਹੀਨੇ ਦੇ ਵਿੱਚ ਜੇ ਕੋਈ ਆਪਾਂ ਨੂੰ ਲੱਗਦਾ ਰਿਹਾ ਵੀ ਆਪਣੀ ਗੱਲ 'ਤੇ ਬਿਲਕੁਲ ਵਿਚਾਰ ਹੀ ਨਹੀਂ ਕੀਤਾ ਗਿਆ, ਫਿਰ ਆਪਾਂ ਕੋਈ ਅਗਲੀ ਗੱਲ ਕਰੀਏ। ਉਸਦੇ ਲਈ ਫਿਰ ਜਦੋਂ ਸੰਗਤ ਆਉਂਦੀ ਹੈ, ਕਈ ਵਾਰੀ ਮੈਂ ਘਰੇ ਹੁੰਦਾ ਵੀ ਹਾਂ, ਕਈ ਵਾਰੀ ਨਹੀਂ ਹੁੰਦਾ, ਕਈਆਂ ਨੂੰ ਮਿਲ ਲੈਣਾ, ਕਈ ਨਹੀਂ ਮਿਲ ਪਾਇਆ ਜਾਂਦਾ, ਉਹਦੇ ਲਈ ਫਿਰ ਅਸੀਂ ਕੀਤਾ ਵੀ ਇੱਕ ਆਪਾਂ ਰਜਿਸਟਰ ਲਾਈਏ ਵੀ ਹਰ ਇੱਕ ਬੰਦੇ ਆਪਦੀ ਭਾਵਨਾਵਾਂ ਲਿਖਣੀ ਚਾਹੁੰਦੇ, ਉਹਦੇ ਵਿੱਚ ਵੀ ਅਸੀਂ ਆਏ ਹਾਂ ਸਿੱਧੂ ਦੇ ਰਜਿਸਟਰ ਦੇ ਵਿੱਚ, ਅਸੀਂ ਵੀ ਤੁਹਾਡੇ ਬਰਾਬਰ ਦੇ ਸ਼ਰੀਕ, ਅਸੀਂ ਉਹਨਾਂ ਨੂੰ ਆਪਣੀ ਮੁਹਿੰਮ ਦੇ ਵਿੱਚ ਨਾਲ ਲੈਣ ਦੀ ਖਾਤਰ ਵੀ ਹਰ ਇੱਕ ਸਿੱਧੂ ਦੇ ਜਿਹੜੇ ਫੈਨ ਦਾ ਮੈਂ ਨਹੀਂ ਕਹੂੰਗਾ ਭੈਣ ਭਰਾ ਹੀ ਉਹਦੇ ਸਾਰੇ, ਉਹ ਸਾਡੀ ਮੁਹਿੰਮ ਦਾ ਹਿੱਸਾ ਬਣਨ ਅਤੇ ਆਪਣੇ ਸਿਗਨੇਚਰ ਕਰਨ, ਅਤੇ ਮੇ ਵੀ ਲੱਖ ਤੋਂ ਉੱਤੇ ਅਸੀਂ ਥੋੜ੍ਹੇ ਦਿਨਾਂ 'ਚ ਹੀ ਕਰ ਦਿਆਂਗੇ ਇਹਨੂੰ ਥੋੜ੍ਹੇ ਦਿਨ 'ਚ, ਅਤੇ ਉਸ ਤੋਂ ਬਾਅਦ ਅਸੀਂ ਕੋਰਟ ਦੇ ਅੱਗੇ ਰੱਖੀਏ ਵੀ ਇਹ ਗੱਲ ਸਿੱਧੂ ਸਾਡਾ ਨਹੀਂ ਸੀ, ਸਿੱਧੂ ਇਹਨਾਂ ਲੋਕਾਂ ਦਾ ਸਭ ਨੂੰ ਬੇਨਤੀ ਕਰ।